ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਨਸ਼ਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਮੰਗਾਉਂਦੇ ਸੀ। ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਹ ਪੂਰੀ ਰੂਟੀਨ ਇਹਨਾਂ ਦੀ ਚੱਲਦੀ ਸੀ, ਕਿਵੇਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਨਸ਼ਾ ਜਿਹੜਾ ਆ ਉਹ ਮੰਗਵਾਇਆ ਜਾਂਦਾ ਸੀ ਔਰ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗੁਰਦਾਸਪੁਰ ਡੇਰਾ ਬਾਬਾ ਨਾਨਕ ਸਾਧਾਂ ਵਾਲੀ ਪਿੰਡ ਹੈ ਕਿ ਬਾਰਡਰ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਔਰ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਦਰਅਸਲ ਇੱਕ ਕਿਸਾਨ ਜਿਹੜਾ ਆ ਆਪਣੇ ਖੇਤਾਂ ਦੇ ਵਿੱਚ ਗੋਭੀ ਨੂੰ ਪਾਣੀ ਲਾਉਣ ਦੇ ਵਾਸਤੇ ਜਾਂਦਾ ਹੈ ਔਰ ਜਦੋਂ ਉਹ ਦੇਖਦਾ ਹੈ ਕਿ ਖੇਤਾਂ ਦੇ ਵਿੱਚ ਡਰੋਨ ਪਿਆ ਹੁੰਦਾ ਇੱਕ ਵੱਡਾ ਸਾਰਾ ਔਰ ਨਾਲ ਖੇਪ ਬੱਧੀ ਹੁੰਦੀ ਹੈ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਉਹ ਕਵਰ ਕਰਕੇ ਖੇਪ ਜਿਹੜੀ ਨਾਲ ਬੰਨ੍ਹ ਦਿੰਦੀ ਹੈ, ਇਹ ਡਰੋਨ ਵੀ ਰੈਸਕਿਊ ਕੀਤਾ ਗਿਆ ਮੌਕੇ 'ਤੇ। ਕਿਸਾਨ ਜਿਹੜਾ ਆ ਉਹਦੇ ਹੋਸ਼ ਉੱਡ ਜਾਂਦੇ ਹੈ ਕਿ ਆਖਿਰਕਾਰ ਸਾਡੇ ਖੇਤਾਂ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ, ਆਹ ਜਿਹੜੀ ਸ਼ੈ ਆ ਉਹ ਕਿੱਥੋਂ ਆ ਸਕਦੀ ਹੈ। ਤਾਂ ਪੂਰੇ ਪਿੰਡ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਕਿ ਆ ਕਿਹੜੀ ਸ਼ੈ ਲੱਭ ਗਈ। ਤਾਂ ਮੌਕੇ 'ਤੇ ਪੁਲਿਸ ਅਤੇ BSF ਨੂੰ ਸੱਦਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ BSF ਦੇ ਜਵਾਨ ਹੈ, ਪੁਲਿਸ ਫੋਰਸ ਹੈ, ਉਹ ਪਹੁੰਚ ਜਾਂਦੀ ਹੈ। ਪੂਰਾ ਇਲਾਕਾ ਸੀਲ ਕਰ ਦਿੱਤਾ ਜਾਂਦਾ ਹੈ, ਇਕੱਲਾ ਇਕੱਲਾ ਖੇਤ ਛਾਣ ਮਾਰਦੇ ਹੈ ਔਰ ਡਰੋਨ ਦੇਖੋ ਤੁਸੀਂ ਕਿੰਨਾ ਵੱਡਾ ਡਰੋਨ ਹੈ। ਇਸ ਡਰੋਨ ਦੇ ਰਾਹੀਂ ਜਿਹੜੇ ਸਮਗਲਰ ਸੀ, ਜਿਹੜੇ ਨਸ਼ਾ ਤਸਕਰ ਸੀ, ਉਹ ਪੰਜਾਬ ਦੇ ਵਿੱਚ ਪੰਜਾਬ ਦੇ ਬਾਰਡਰ 'ਤੇ ਨਸ਼ਾ ਮੰਗਵਾਉਂਦੇ ਸੀ। ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਜਾਂਦੀ ਸੀ ਔਰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਕੋਲੋਂ 50,000 ਰੁਪਈਆ ਨਗਦ ਔਰ ਡਾਲਰ ਵੀ ਬਰਾਮਦ ਕੀਤੇ ਗਏ ਔਰ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਉਹੀ ਤਸਕਰ ਨੇ ਜਿਹੜੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਨਸ਼ਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਮੰਗਵਾਉਂਦੇ ਸੀ ਔਰ ਇਹਨਾਂ ਨੂੰ ਡਰੋਨ ਦੀ ਲੋਕੇਸ਼ਨ ਪਤਾ ਨਹੀਂ ਲੱਗ ਪਾਈ। ਇਸੇ ਕਰਕੇ ਇਹ ਡਰੋਨ ਜਿਹੜਾ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਡਿੱਗਾ ਰਹਿ ਗਿਆ। ਤਾਂ ਦੇਖੋ ਤੁਸੀਂ ਕਿ ਪਲੈਨਿੰਗ ਕਿੱਥੋਂ ਤੱਕ ਚੱਲਦੀ ਹੈ, ਇਹਨਾਂ ਦਾ ਕਿੰਨਾ ਨੈਕਸਸ ਹੋਵੇਗਾ ਕਿ ਬਾਰਡਰ ਦੇ ਉੱਪਰੋਂ ਡਰੋਨ ਦੇ ਰਾਹੀਂ ਨਸ਼ਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਮੰਗਵਾਇਆ ਜਾ ਰਿਹਾ ਹੈ। ਜੇਕਰ ਇਹ ਅਜੇ ਵੀ ਨਾ ਰੁਕਿਆ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਖੋਖਲੀ ਹੋ ਜਾਣੀ ਆ। ਪੰਜਾਬ ਦੇ ਹਰ ਘਰ ਦੇ ਵਿੱਚ ਨਸ਼ਾ ਵਿਕਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ। ਜਿਵੇਂ ਇੱਥੋਂ ਸਰਹੱਦ ਤੋਂ ਤਾਂ ਸੁਣਿਆ ਹੀ ਆ ਕਿ ਇਹ ਸਰਹੱਦ ਤੋਂ ਤਾਂ ਨਸ਼ਾ ਆਉਂਦਾ ਜਾਂਦਾ ਹੀ ਹੈ, ਰਾਜਸਥਾਨ ਬੀਕਾਨੇਰ ਬਾਰਡਰ ਤੋਂ, ਪਰ ਇਹ ਪਾਕਿਸਤਾਨ ਤੋਂ ਨਸ਼ਾ ਪੰਜਾਬ ਦੇ ਵਿੱਚ ਸਮਗਲ ਹੋ ਰਿਹਾ ਦੂਜੇ ਦੇਸ਼ ਤੋਂ, ਇੱਕ ਦੇਸ਼ ਦੇ ਵਿੱਚ, ਉਹ ਵੀ ਡਰੋਨ ਦੇ ਜ਼ਰੀਏ। ਬਹੁਤ ਵੱਡੀ ਗੱਲ ਹੈ ਕਿ ਔਰ ਤੁਸੀਂ ਦੇਖੋ ਕਿ ਪੂਰਾ ਚੱਪਾ ਚੱਪਾ ਛਾਣ ਮਾਰਿਆ BSF ਅਤੇ ਪੰਜਾਬ ਪੁਲਿਸ ਦੇ ਵੱਲੋਂ। ਆਸ ਪਾਸ ਦੇ ਖੇਤ ਸਾਰੇ ਚੈੱਕ ਕੀਤੇ ਗਏ ਨੇ ਔਰ ਵੱਡਾ ਡਰੋਨ ਜਿਹੜਾ ਕਾਬੂ ਕੀਤਾ ਗਿਆ ਔਰ ਕੰਡਾ ਵੀ ਦੇਖ ਸਕਦੇ ਹੋ ਕਿਵੇਂ BSF ਦੇ ਹੱਥ ਦੇ ਵਿੱਚ ਕੰਡਾ ਹੈ, ਵੱਡਾ ਡਰੋਨ ਹੈ ਔਰ ਕਿੰਨਾ ਤਾਮਝਾਮ ਹੋਵੇਗਾ ਇਹਨਾਂ ਦਾ ਜਿਹੜੇ ਇਹ ਨੈਕਸਸ ਚਲਾਉਂਦੇ ਨੇ, ਜਿਹੜੇ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਅਤੇ ਪੰਜਾਬ ਦੇ ਵਿੱਚ ਲਿਆਉਂਦੇ ਨੇ। ਦੇਖੋ ਤੁਸੀਂ ਇਸ ਡਰੋਨ ਦੇ ਨਾਲ ਇਹ ਜਿਹੜਾ ਫੌਜੀ ਵੀਰ ਨੇ, ਜਿਹੜਾ BSF ਦੇ ਜਵਾਨ ਨੇ, ਇਹ ਡਰੋਨ ਫੜਿਆ ਹੋਇਆ, ਇਸ ਡਰੋਨ ਦੇ ਨਾਲ ਨਸ਼ੇ ਦੀ ਖੇਪ ਬੰਨ੍ਹੀ ਹੋਈ ਸੀ, ਹੀਰੋਇਨ ਜਿਹੜੀ ਉਹਦੇ ਨਾਲ ਬੰਨ੍ਹੀ ਹੋਈ ਸੀ, ਜਿਹੜੀ ਖੇਤਾਂ ਦੇ ਵਿੱਚ ਡਿੱਗ ਪਈ ਔਰ ਉਹਨਾਂ ਤਿੰਨਾਂ ਨਸ਼ਾ ਸਮਗਲਰਾਂ ਨੂੰ ਇਹ ਨਹੀਂ ਪਤਾ ਲੱਗ ਪਾਇਆ ਕਿ ਡਰੋਨ ਦੀ ਲੋਕੇਸ਼ਨ ਕੀ ਹੈ। ਆਖਿਰਕਾਰ ਉਹ ਟਰੈਕ ਜਿਹੜਾ ਆ ਲੋਕੇਸ਼ਨ ਟਰੈਕ ਨਹੀਂ ਕਰ ਪਾਏ ਡਰੋਨ ਦੀ, ਜਿਸ ਕਾਰਨ ਡਰੋਨ ਜਿਹੜਾ ਕਿਸਾਨਾਂ ਦੇ ਖੇਤਾਂ ਵਿੱਚ ਹੀ ਡਿੱਗਾ ਰਹਿ ਗਿਆ ਔਰ ਜਦੋਂ ਕਿਸਾਨ ਆਪਣੇ ਖੇਤ ਗੋਭੀ ਨੂੰ ਪਾਣੀ ਲਾਉਣ ਜਾਂਦਾ ਤਾਂ ਉਹਨੇ ਦੇਖਿਆ ਕਿ ਆਹ ਕੀ ਸ਼ੈ ਪਈ ਹੈ। ਜਦੋਂ ਉਹਨੇ ਦੇਖਿਆ ਤਾਂ ਡਰੋਨ ਉਹ ਡਰ ਗਿਆ, ਉਹਨੇ ਪੂਰੇ ਪਿੰਡ ਵਾਲੇ ਇਕੱਠੇ ਕਰ ਲਏ, ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੰਦੀ, BSF ਜਿਹੜੀ ਪਹੁੰਚੀ ਔਰ ਜਦੋਂ ਮੌਕੇ 'ਤੇ ਦੇਖਿਆ ਗਿਆ ਕਿ ਇੱਕ ਇਹ ਤਾਂ ਡਰੋਨ ਹੈ, ਇਹਦੇ ਨਾਲ ਨਸ਼ਾ ਜਿਹੜਾ ਉਹ ਬੰਨਿਆ ਹੋਇਆ ਔਰ 3 ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ
ਔਰ ਉਹਨਾਂ ਦੇ ਕੋਲੋਂ 50,000 ਨਗਦੀ ਡਾਲਰ ਤੇ ਜਿਹੜੇ ਹਥਿਆਰ ਉਹ ਵੀ ਬਰਾਮਦ ਕੀਤੇ ਗਏ। ਔਰ ਇਹ ਵੀ ਉਹਨਾਂ ਨੇ ਕਬੂਲਨਾਮਾ ਕੀਤਾ ਕਿ ਜਿਹੜੀ ਹੀਰੋਇਨ ਦੀ ਖੇਪ ਹੈ ਇਹ ਵੀ ਉਹਨਾਂ ਦੀ ਹੈ। ਦਰਅਸਲ ਉਹ ਲੋਕੇਸ਼ਨ ਟਰੈਕ ਨਹੀਂ ਕਰ ਪਾਏ ਡਰੋਨ ਦੀ, ਜਿਸ ਕਾਰਨ ਉਹ ਉੱਥੇ ਡਿੱਗਾ ਰਹਿ ਗਿਆ। ਜੇਕਰ ਲੋਕੇਸ਼ਨ ਟਰੈਕ ਕੀਤੀ ਜਾਂਦੀ ਇਹ ਨਸ਼ਾ ਉਹਨਾਂ ਨੂੰ ਮਿਲ ਜਾਣਾ ਸੀ। ਉਸ ਤੋਂ ਬਾਅਦ ਪਤਾ ਨਹੀਂ ਪੰਜਾਬ ਦੇ ਕਿਹੜੇ ਘਰਾਂ ਦੇ ਵਿੱਚ ਇਹ ਨਸ਼ਾ ਪਹੁੰਚਣਾ ਸੀਗਾ। ਤਾਂ ਨੌਜਵਾਨ ਪੀੜ੍ਹੀ ਤਾਂ ਅੱਗੇ ਖਤਰੇ ਦੇ ਵਿੱਚ ਹੈ ਪੰਜਾਬ ਦੀ। ਤਾਂ ਇਹ ਜਿਹੜਾ ਬਾਰਡਰ ਪਾਰੋਂ ਨਸ਼ਾ ਆਉਂਦਾ ਹੈ ਇਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਲਗਾਤਾਰ ਅਜਿਹੀਆਂ ਐਕਟੀਵਿਟੀਆਂ ਵੱਧਦੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਡੇਰਾ ਬਾਬਾ ਨਾਨਕ ਦੇ ਸਾਧਾਂ ਵਾਲੇ ਪਿੰਡ ਦੀ ਇਹ ਵੀਡੀਓ ਹੈ, ਜਿੱਥੇ ਪੁਲਿਸ ਦੇ ਵੱਲੋਂ ਅਤੇ BSF ਦੇ ਵੱਲੋਂ ਵੱਡੇ ਪੱਧਰ 'ਤੇ ਇਲਾਕਾ ਸੀਲ ਕਰ ਦਿੱਤਾ ਗਿਆ। ਗੋਭੀ ਦੇ ਖੇਤ ਆਸ ਪਾਸ ਜਿੱਥੇ ਹੋਰ ਵੀ ਕਿਸਾਨਾਂ ਦੀਆਂ ਫਸਲਾਂ ਨੇ ਉਹ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਜਵਾਨ ਅਤੇ ਪੁਲਿਸ ਫੋਰਸ ਤੁਹਾਨੂੰ ਇੱਥੇ ਤੈਨਾਤ ਦਿਖਾਈ ਦੇਵੇਗੀ, ਕਿਉਂਕਿ ਇੱਕ ਡਰੋਨ ਫੜਿਆ ਗਿਆ ਵੱਡੇ ਪੱਧਰ 'ਤੇ, ਜਿਹੜਾ ਕਿ ਨਸ਼ੇ ਦੀ ਸਮਗਲਿੰਗ ਕਰਦੇ ਸੀ। 3 ਤਸਕਰ ਵੀ ਫੜੇ ਗਏ ਆ ਜਿਨ੍ਹਾਂ ਦੇ ਕੋਲੋਂ ਡਾਲਰ ਨਗਦੀ ਅਤੇ ਆਹ ਡਰੋਨ ਵੀ ਉਹਨਾਂ ਦਾ ਸੀ, ਲੋਕੇਸ਼ਨ ਨਹੀਂ ਟਰੈਕ ਕਰ ਪਾਏ ਅਤੇ ਇਸੇ ਕਰਕੇ ਖੇਤਾਂ ਦੇ ਵਿੱਚ ਡਰੋਨ ਜਿਹੜਾ ਉਹ ਡਿੱਗਾ।